ਚਾਹੇ ਬਗਾਨੇ ਸਨੇ, ਅੱਜ ਕੜਤਾ ਸਾਡੇ ਆਪਣਿਆਂ ਨੇ ਸਾਡੀ ਕੌਮ ਨੂੰ ਵਿਗਾੜ ਦਿੱਤਾ, ਸਾਡੀ ਕੌਮ ਦਾ ਬੇੜਾ ਗਰਕ ਕਰ ਦਿੱਤਾ। ਇਹਨਾਂ ਨੇ ਸਿੱਖੀ ਪਹਿਰਾਵਾ ਪਾ ਕਰਕੇ ਨਾ ਸਾਡੀ ਕੌਮ ਨੂੰ ਪਿਆਰੀਓ ਇਹਨਾਂ ਨੇ ਗਰਕ ਕਰ ਦਿੱਤਾ, ਇਹਨਾਂ ਨੇ ਸਾਡੇ ਬਾਣੇ ਨੂੰ ਵੀ ਦਾਗ ਲਗਾ ਦਿੱਤਾ। ਤੇ ਪਿਆਰੀਓ ਅਸੀਂ ਉਹਨਾਂ ਦੇ ਨਾਮ ਖੁਦ ਵੀ ਜਾਣਦੇ ਹਾਂ, ਆ ਜਿਵੇਂ ਕਿ ਬਾਦਲ ਟੋਰਾ ਲੌਂਗੋਵਾਲ ਤੇ ਰਾਮੋ ਵਾਲੀਆ, ਜਿਨ੍ਹਾਂ ਨੇ ਅਸੀਂ ਕੌਮ ਦੇ ਨਾਲ ਬਹੁਤ ਵੱਡੀ ਗਦਾਰੀ ਕਰੀ। ਪਿਆਰੀਓ ਇੱਥੇ ਮੈਂ ਪਹਿਲਾਂ ਹੀ ਜ਼ਿਕਰ ਕਰ ਜਾਵਾਂ, ਇਹ ਮੇਰੇ ਬਾਪੂ ਦੀ ਗੋਦ ਹੈ, ਇੱਥੇ ਖੜ ਕੇ ਮੈਨੂੰ ਡਰਨ ਦੀ ਕੋਈ ਲੋੜ ਨਹੀਂ, ਇੱਥੇ ਮੈਂ ਜੋ ਬੋਲਾਂਗੀ ਮੈਂ ਸੱਚ ਬੋਲਾਂਗੀ। ਜੇ ਕਿਸੇ ਦੇ ਦਿਲ ਨੂੰ ਗੱਲ ਚੁੱਭਦੀ ਹੋਵੇ, ਕਿਉਂਕਿ ਅਸੀਂ ਆਮ ਹੀ ਜਾਣਦੇ ਹਾਂ, ਜਿਹੜੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨਾ, ਉਹਨਾਂ ਦੇ ਦਰਸ਼ਨ ਕਰਨੇ ਹਰੇਕ ਦੇ ਦਿਲ ਦੀ ਵਸ ਨਹੀਂ ਹੈ। ਪਿਆਰਿਓ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਨਾਮ ਤੋਂ ਸਰਕਾਰਾਂ ਥਰ ਥਰ ਕੰਬਦੀਆਂ ਸੀ ਤੇ ਥਰ ਥਰ ਕੰਬਦੀਆਂ ਨੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ, ਜਦੋਂ ਤੁਸੀਂ ਸਟੇਜ ਦੇ ਉੱਪਰ ਨਾਮ ਲੈਂਦੇ ਨਾ ਪਿਆਰਿਓ, ਤਾਂ ਕਈਆਂ ਨੂੰ ਬੜੀ ਤਕਲੀਫ ਹੁੰਦੀ ਹੈ। ਪਹਿਲਾਂ ਹੀ ਕਈ ਪ੍ਰਬੰਧਕ ਆਖ ਦਿੰਦੇ ਆ ਬਈ ਸਟੇਜ ਦੇ ਉੱਪਰ ਸੰਤਾਂ ਦਾ ਨਾਮ ਨਹੀਂ ਲੈਣਾ। ਉਹ ਪਿਆਰਿਓ ਅਜੇ ਤੱਕ ਇਹ ਡਰੀ ਜਾ ਰਹੇ ਆ ਸੰਤਾਂ ਦੇ ਨਾਮ ਤੋਂ। ਪਿਆਰਿਓ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ